ਤਾਂ ਦੋਸਤੋ ਤੁਹਾਡਾ ਆਜ਼ਾਦ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੈ ਤਾਂ ਸਾਡੇ ਨੰਬਰਾਂ 'ਤੇ ਸੰਪਰਕ ਕਰ ਸਕਦਾ ਹੈ। ਸਾਡਾ ਮੋਬਾਈਲ ਨੰਬਰ 9780205513 9780205513। ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋ ਤਾਂ ਸਾਡੇ ਨੰਬਰਾਂ 'ਤੇ ਸੰਪਰਕ ਕਰ ਸਕਦਾ ਹੈ। ਅੱਜ ਦੀ ਵੀਡੀਓ ਪਿੰਡ ਮਾੜੀ ਮੁਸਤਫਾ ਦੀ ਹੈ, ਤਹਿਸੀਲ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ ਪੈਂਦਾ ਹੈ। ਅੱਜ ਦੀ ਵੀਡੀਓ ਵਿੱਚ ਬਾਈ ਕੋਲ ਇੱਕ ਨਗ ਵਕਾਊ ਆ, ਇੱਕ ਗਾਂ ਹੈ, ਕ੍ਰੋਸ ਪੰਚ ਪੈਂਦੀ ਆ। ਜ਼ਿਆਦਾ ਜਾਣਕਾਰੀ ਬਾਈ ਤੋਂ ਲੈਂਦੇ ਹਾਂ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ। ਨਾਮ ਅਤੇ ਐਡਰੈਸ ਦੱਸੀ ਬਾਈ। ਇਸ਼ਾਨ ਸਿੰਘ ਨਾਂ ਜੀ, ਪਿੰਡ ਮਾੜੀ ਮੁਸਤਫਾ ਅਤੇ ਤਹਿਸੀਲ ਬਾਘਾ ਪੁਰਾਣਾ ਜੀ, ਜ਼ਿਲ੍ਹਾ ਮੋਗਾ। ਜ਼ਿਲ੍ਹਾ ਮੋਗਾ ਜੀ। ਮੋਬਾਈਲ ਨੰਬਰ ਬੋਲ ਦਿਓ। 7920-86-6-6-3। ਇੱਕ ਵਾਰੀ ਹੋਰ ਬੋਲ। 7920-86-6-6-3। ਠੀਕ ਹੈ ਬਾਈ, ਦਾ ਨੰਬਰ ਦੋਸਤੋ ਸਕਰੀਨ ਤੇ ਵੀ ਚਲਾ ਦਿੱਤਾ ਜਾਊਗਾ। ਬਾਈ ਇਹਦੇ ਬਾਰੇ ਦੱਸੀ ਕੀ ਡਿਟੇਲ ਹੈ ਜੀ? ਇਹ ਬਾਈ ਜੀ ਪਹਿਲਾ ਸੂਗਾ ਸੂਗੀ ਕ੍ਰੋਸ ਵੈੜ ਆ, ਗਰਜਾਨ ਚ ਵੈੜ ਆ, ਦੁੱਧ ਦੇ ਦੂਗੀ 13-14 ਕਿਲੋ। ਅੱਛਾ, ਦੁੱਧ 13-14 ਕਿਲੋ। ਹਾਂ ਹਾਂ, 13-14 ਕਿਲੋ। ਪਹਿਲਾ ਸੂਆ ਸੁਣਦੀ ਹੈ ਗੱਭਣ। ਹਾਂ ਹਾਂ। ਕਿੰਨੇ ਦਿਨ ਲੈਂਦੀ ਹੈ ਇਹ? ਲੈ ਜੂਗੀ ਬਾਈ 4-5 ਦਿਨ। 4-5 ਦਿਨ ਲਿਆ। ਹਾਂ ਹਾਂ, ਠੀਕ ਆ ਦੋਸਤੋ, ਦੇਖ ਸਕਦੇ ਹੋ ਪਹਿਲਾ ਸੂਆ ਸੁਣਦੀ ਹੈ, ਪਲੀ ਪੁਲੀ ਚੰਗੀ ਨਿੱਗਰ ਪੂਰੀ ਆ, ਕ੍ਰੋਸ ਅੰਗ ਚ ਵੈੜ ਪੈਂਦੀ ਆ, ਥਾਣਾ ਹਵਾਨੇ ਚ ਵਲ ਢਿੱਲਾਂ ਕਾਫੀ ਆ, ਦੇਖ ਸਕਦੇ ਹੋ, ਦਿਖਾ ਦਿੰਦੇ ਆ ਬਾਈ ਕਿਵੇਂ ਆ, ਠੰਡੀ ਸੀ ਨਾ? ਹਾਂ ਬਾਈ, ਠੀਕ ਆ ਠੀਕ ਆ। ਐਂ ਤਾਂ ਫਿਰ ਪਹਿਲੇ ਨਾ ਮਾੜਾ ਮੋਟਾ ਪਹੁ ਕਰਦੇ ਪਹਿਲਾਂ, ਦੇਖ ਸਕਦੇ ਮੂੰਹ ਮੱਥਾ ਵੀ ਦੇਖ ਸਕਦੇ ਹੋ, ਕ੍ਰੋਸ ਅੰਗ ਚ ਪੈਂਦੀ ਬਾਈ ਆ, ਤਾਂ 13-14 ਕਿਲੋ ਦੁੱਧ ਪਾਉਣਾ ਚਾਹੀਦਾ ਹੈਗਾ। ਪਲੀ ਪੁਲੀ ਚੰਗੀ ਆ, ਪੂਰੀ ਨਿੱਗਰ ਪਈ ਆ, ਜਾਨ ਚ ਵੈੜ ਆ, ਹਫ਼ਤੇ ਕੁ ਦੀ ਮੰਨ ਲਓ ਜਾਂ 5-7 ਦਿਨਾਂ ਦੀ ਮੰਨ ਲਓ ਕੱਚੀ ਆ, ਉਸ ਹਿਸਾਬ ਨਾਲ ਬਾਕੀ ਦੁੱਧ ਸੇਵਾ ਤਾਂ ਹੁੰਦਾ। ਜਿਸ ਹਿਸਾਬ ਨਾਲ ਤੁਸੀਂ ਸੇਵਾ ਕਰਨੀ ਆ, ਥਣ ਹਵਾਨਾ ਦਿਖਾਵਾਂਗੇ ਤੁਹਾਨੂੰ, ਥਣ ਹਵਾਨਾ ਬਹੁਤ ਸੋਹਣਾ ਲੱਗਿਆ, ਹੱਥੀ ਚੋਈ ਵਾਲੇ ਮੋਟੇ ਥਣ ਦੇਖ ਸਕਦੇ, ਚਾਰੇ ਥਣ ਇੱਕੋ ਜਿਹੇ ਆ, ਵਾਲ ਢਿੱਲਾਂ ਕਾਫੀ ਪਈਆਂ, ਉਸ ਹਿਸਾਬ ਨਾਲ ਥਵਾਨੇ ਦੀ ਜੱਜਮੈਂਟ ਕਰ ਲਿਓ ਵੀ ਕਿੰਨਾ ਕੁ ਦੁੱਧ ਪਾ ਜੂਗੀ। ਹਜੇ ਤਾਂ ਹਵਾਨਾ ਤਿਆਰ ਕਰਨਾ ਹੈਗਾ, 5-1 ਦਿਨਾਂ ਦੀ ਕੱਚੀ ਆ, ਪਲੀ ਪੁਲੀ ਚੰਗੀ ਆ ਬਾਈ, ਤੋੜ ਕੇ ਵਿਖਾਈ ਇਹਨੂੰ ਮੇਰਾ। ਕੱਦ ਕਾਠ ਵੀ ਚੰਗਾ ਵੈੜਦਾ, ਮੋੜ ਲਈ ਅੱਜ ਉਸ ਹਿਸਾਬ ਨਾਲ ਹਵਾਨੇ ਦੀ ਜੱਜਮੈਂਟ ਕਰਿਓ, ਕਿਉਂਕਿ ਜੀ ਕਾਫੀ ਦਿਨ ਪਏ ਆ, ਕੱਚੀ ਆ, ਉਸ ਹਿਸਾਬ ਨਾਲ ਹਵਾਨਾ ਕਾਫੀ ਤਿਆਰ ਕਰਨਾ ਹੈਗਾ, ਵਾਲ ਢਿੱਲ ਵੀ ਕਾਫੀ ਆ, ਥਣ ਬਹੁਤ ਸੋਹਣਾ ਲੱਗਿਆ ਹੋਇਆ, ਬਾਕੀ ਗਰਮੀ ਗੁਰਮੀ ਬਿਲਕੁਲ ਨਹੀਂ ਮਨਾਉਣੀ ਇਹਨੇ, ਕਿਉਂਕਿ ਕ੍ਰੋਸ ਅੰਗ 'ਚ ਪੈਂਦੀ ਹੈ ਅਤੇ ਦੁੱਧ ਵੀ ਇਹਨਾਂ ਦਾ ਥੋੜ੍ਹਾ ਜਿਹਾ ਸੰਘਣਾ ਹੀ ਹੁੰਦਾ ਹੈਗਾ, ਉਸ ਹਿਸਾਬ ਨਾਲ ਗਰਮੀ ਦੇ ਦਿਨ ਆ ਗਏ, ਜਿਹਨੇ ਗਰਮੀ 'ਚ ਦੁੱਧ ਲੈਣਾ ਹੈਗਾ ਬਾਈ ਨਾਲ ਸੰਪਰਕ ਕਰ ਸਕਦਾ। ਇੱਕ ਨਗ ਵਿਕਾਊ ਆ, ਪਲੀ ਪੁਲੀ ਚੰਗੀ, ਕੱਦ ਕਾਠ ਬਹੁਤ ਸੋਹਣਾ ਹੈਗਾ ਇਹਦਾ, ਇਹਦਾ ਪ੍ਰਾਈਸ ਵੀਰੇ ਕੀ ਰੱਖਿਆ ਫਿਰ? 30,000 ਰੁਪਇਆ ਬਾਈ। 30,000 ਰੁਪਇਆ, 30,000 ਮਾਨਤਾਨ ਕਰ। ਦੋਸਤੋ 30,000 ਰੁਪਇਆ ਪ੍ਰਾਈਸ ਆ, ਪ੍ਰਾਈਸ ਵੀ ਵੀਡੀਓ ਦੇ ਵਿੱਚ ਆ, ਮਾਨਤਾਨ ਤੁਹਾਡਾ ਹੋ ਜੂਗਾ। ਜ਼ਿਆਦਾ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਿਓ ਅਤੇ ਲਾਈਕ ਅਤੇ ਕਮੈਂਟ ਕਰਕੇ ਦੱਸਿਓ ਵੀ ਵੀਡੀਓ ਕਿੱਦਾਂ ਦੀ ਲੱਗੀ, ਅਤੇ ਜਿਹੜੇ ਵੀਰ ਪੇਜ ਫੋਲੋ ਕਰ ਰਹੇ ਆ ਅਤੇ ਲਾਈਕ ਕਮੈਂਟ ਕਰ ਦਿਓ, ਦੇਖ ਸਕਦੇ ਹੋ ਦਿਖਾਵਾਂਗੇ ਨੇੜੇ ਤੋਂ ਥਾਣ ਹੋਵਾਨਾ, ਕੈਮਰੇ ਥੋੜ੍ਹਾ ਡਰ ਜਾਂਦਾ ਜਾਨਵਰ, ਥਾਣ ਬਹੁਤ ਸੋਹਣਾ ਲੱਗਿਆ ਹੋਇਆ, ਹੱਥੀ ਚਬਾਈ ਵਾਲਾ, ਪਲੀ ਪੁਲੀ ਵੀ ਚੰਗੀ, ਕੱਦ ਕੱਟ ਵੀ ਸੋਹਣਾ ਵੈੜਦਾ, ਕ੍ਰੋਸ ਅੰਗ 'ਚ ਪੈਂਦੀ ਆ। ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਧੰਨਵਾਦ ਦੋਸਤੋ।